ਸਾਰਿਆਂ ਨਾਲ ਲੱਗੇ ਹੋਏ ਆ, ਛੇਲਰਾਂ ਵਾਲੇ, ਆੜਤੀ, ਦੂਜੇ। ਕੁਛ ਸੈਂਟਰ ਗੌਰਮੈਂਟ ਵੱਲੋਂ ਹਮੇਸ਼ਾ ਹੀ ਵਿਤਕਰਾ ਕੀਤਾ ਜਾਂਦਾ, ਜਾਂ ਤਾਂ ਉਹਨਾਂ ਕੋਲ ਚੌਲ ਹੋਏ ਪਏ ਆ, ਆਪਣੇ ਚੌਲ ਚੱਕਣ ਵਿੱਚ ਉਹ ਥੋੜ੍ਹੀ ਜਿਹੀ ਸਲੋ ਸਪੀਡ ਹੈ ਉਹਨਾਂ ਦੀ। ਤੋ ਪਰ ਅਸੀਂ ਉਹਨਾਂ ਨਾਲ ਗੱਲ ਕੀਤੀ ਹੈ, ਉਹਦੇ ਚੁਕਵਾ ਲਵਾਂਗੇ, ਇਹਨਾਂ ਨੂੰ ਵੀ ਭਰੋਸਾ ਦਿੱਤਾ ਸੀ। ਇਹ ਹੁਣ ਪਤਾ ਨਹੀਂ ਇਸ ਗੱਲ 'ਤੇ ਕਿਉਂ, ਕਿਹੜੀ ਗੱਲ, ਫਿਰ ਵੀ ਮੁੱਖ ਮੰਤਰੀ ਸਾਹਿਬ ਉਹਨਾਂ ਨਾਲ ਮੀਟਿੰਗਾਂ ਚੱਲ ਕੇ ਤਕਰੀਬਨ ਖਰੀਦ ਚੱਲੀ ਵੀ ਜਾਂਦੀ ਹੈ, ਸ਼ੁਰੂ ਹੋ ਗਈ ਹੈ, ਝੋਨਾ ਕੁਛ ਪਛੇਤਾ ਵੀ ਆਇਆ ਅਤੇ ਲੱਗੇ ਹੋਏ ਆ। ਕੋਈ ਸਾਨੂੰ ਵੀ ਕਿਸਾਨ ਦੀ ਤਕਲੀਫ, ਆਪਦੀ ਤਕਲੀਫ ਲੱਗਦੀ ਹੈ। ਹਾਲਾਂਕਿ ਪੰਜਾਬ ਗੌਰਮੈਂਟ ਜਿੰਨਾ ਕੋਸ਼ਿਸ਼ ਕਰ ਸਕਦੀ ਹੈ, ਕਰੀ ਜਾਵਾਂਗੇ ਅਤੇ ਕਰਦੇ ਰਹਾਂਗੇ ਅਤੇ ਕਰਦੇ ਹਾਂ। ਦੂਜਾ, ਜਿਹੜੀ ਸਾਰਿਆਂ ਨੂੰ ਸਮੱਸਿਆ ਦਾ ਜੜ, ਸਾਰਿਆਂ ਨੂੰ ਪਤਾ ਕਿ ਸੈਂਟਰ ਦੀ ਸਰਕਾਰ ਹਮੇਸ਼ਾ ਪੰਜਾਬ ਨੂੰ ਪਿਛਾਂ ਤੱਕਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਅਸਾਂ ਕਿ ਉਸ ਸਾਰੇ ਦੇਸ਼ ਦਾ ਜਿਹੜੀ ਭੁੱਖ ਮਰੀ ਹੈ ਉਹਨੂੰ ਦੂਰ ਕਰਕੇ, ਰੱਜਿਆ ਪੁੱਜਿਆ ਕਰਕੇ ਦਿੱਤਾ, ਅਨਾਜ ਦੇ ਭੰਡਾਰ ਭਰ ਕੇ ਦਿੱਤੇ ਆ। ਦਿਨ ਰਾਤ ਮਿਹਨਤ ਕੀਤੀ ਹੈ ਪੰਜਾਬ ਦੇ ਕਿਸਾਨ ਨੇ, ਮਜ਼ਦੂਰ ਨੇ, ਇੱਥੋਂ ਦੇ ਸਾਰੇ ਲੋਕ, ਚਾਹੇ ਆੜ੍ਹਤੀ ਚਾਹੇ ਦੂਸਰੇ, ਰਲ ਮਿਲ ਕੇ ਉਸ ਫਸਲ ਨੂੰ ਅਸੀਂ ਦਿੱਲੀ ਤੱਕ ਪਹੁੰਚਾਉਂਦੇ ਹਾਂ। ਪਰ ਉਹਨਾਂ ਦੀ ਹਮੇਸ਼ਾ ਇਹਦੇ ਵਿੱਚ ਸਾਨੂੰ ਤਾਂ ਜਦੋਂ ਵੀ ਹਰ ਇੱਕ ਚੀਜ਼ ਆ, ਜੇ ਖਾਦ ਆ ਇਹਦੇ 'ਤੇ ਵੀ ਲੇਟ ਕੀਤਾ ਜਾਂਦਾ, 5-7-10 ਦਿਨ ਪਛੇਤ ਪਾਈ ਜਾਂਦੀ ਹੈ। ਤੋ ਕਿਉਂਕਿ ਹਰ ਇੱਕ ਗੱਲ ਦਿੱਲੀ ਦੇ ਹੱਥ ਵਿੱਚ ਹੋਈ ਪਈ ਹੈ, ਉਹਨਾਂ ਨੇ ਬਾਹਰੋਂ ਇੰਪੋਰਟ ਕਰਵਾ ਕੇ ਦੇਣੀ ਹੁੰਦੀ ਹੈ ਸਿੱਧੀ। ਕੋਈ ਪੰਜਾਬ ਸਰਕਾਰ, ਜੇ ਅੱਜ ਸਿੱਧਾ ਵਪਾਰ ਜੇ ਦੂਸਰੇ ਮੁਲਕਾਂ ਨਾਲ ਹੋਵੇ ਤਾਂ ਸਾਡਾ ਚੌਲ ਵੀ ਛੇਤੀ ਵਿਕ ਜੇ। ਇਹ ਹੈ ਇੰਡੀਅਨ ਗੌਰਮੈਂਟ ਦਾ ਆਪਣਾ ਹਿਸਾਬ ਕਿਤਾਬ, ਉਹਦੇ ਨਾਲ ਸਾਨੂੰ ਜ਼ਿਆਦਾ ਤਕਲੀਫ ਵਿੱਚ ਪਾਇਆ ਜਾਂਦਾ। ਪਰ ਇਸ ਤਕਲੀਫ ਨੂੰ, ਕਿਸਾਨਾਂ ਦੀ ਤਕਲੀਫ ਨੂੰ, ਆੜ੍ਹਤੀਆਂ ਦੀ ਤਕਲੀਫ ਨੂੰ, ਛੇਲਰਾਂ ਵਾਲਿਆਂ ਦੀ ਤਕਲੀਫ ਨੂੰ, ਸਾਰਿਆਂ ਨੂੰ, ਸਮੁੱਚੇ ਪੰਜਾਬ ਦੀ ਤਕਲੀਫ ਆ, ਅਸੀਂ ਰਲ ਮਿਲ ਕੇ ਇਹਨੂੰ ਹੱਲ ਕਰਾਂਗੇ। ਮੇਰਾ ਖਿਆਲ ਚੱਲ ਪਏ ਆ, ਕੁਛ ਚੱਲ ਪਏ ਆ, ਕੁਛ ਇੱਕ ਦੂਸਰੇ ਨੂੰ ਐਵੇਂ ਰੋਕ ਦਿੰਦੇ ਆ, ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ, ਨਹੀਂ ਸਾਰੇ ਰਲ ਮਿਲ ਕੇ ਆਪਾਂ ਪੰਜਾਬ ਦਾ ਸਵਾਰੀਏ, ਪੰਜਾਬ ਦੇ ਨਾਲ ਚੱਲੀਏ। ਜੇ ਆਪਣੇ ਨਾਲ ਦਿੱਲੀ ਔਰ ਜੇ ਸੈਂਟਰ ਅੜਿੱਕਾ ਲਾਉਂਦਾ, ਫਿਰ ਆਪਾਂ ਆਪ ਹੀ ਦੀ ਕਿਉਂ ਇਸ 'ਤੇ, ਆਪਾਂ ਤਾਂ ਆਪ ਹੀ ਦੀ ਰਲ ਮਿਲ ਕੇ ਇਹਦੇ ਮਸਲੇ ਨੂੰ ਹੱਲ ਕਰਵਾਈ। ਕਿਸਾਨਾਂ ਦੀ ਮੀਟਿੰਗ ਵੀ ਮੁੱਖ ਮੰਤਰੀ ਸਾਹਿਬ ਨੇ ਰੱਖੀ ਹੋਈ ਹੈ, ਕਿਸ ਤਰ੍ਹਾਂ ਅਪੀਲ ਕਰੋਂ ਕਿਸਾਨਾਂ ਨੂੰ ਜਿਹੜਾ ਵੀ? ਮੈਂ ਵੇਖੋ, ਮੇਰੇ ਨਾਲ ਤਾਂ ਬਹੁਤ ਸਾਰੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ, ਕਿਸਾਨ ਭਰਾਵਾਂ ਦੀਆਂ, ਯੂਨੀਅਨ ਦੀਆਂ, ਆਗੂਆਂ ਦੀਆਂ, ਜਥੇਬੰਦੀਆਂ ਦੀਆਂ। ਹਮੇਸ਼ਾ ਮੈਂ ਉਹਨਾਂ ਦੀ ਹਰੇਕ ਗੱਲ ਸੁਣ ਕੇ ਉਸ ਨੂੰ ਜਿੱਥੇ ਵੀ, ਜਿਵੇਂ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਦਾ। ਮੈਂ ਪਹਿਲਾਂ ਵੀ ਨਾਲ ਸੀ, ਹੁਣ ਵੀ ਨਾਲ ਹਾਂ। ਮੈਂ ਤਾਂ ਆਪ ਛੋਟਾ ਕਿਸਾਨ ਹਾਂ, ਮੈਂ ਕੋਈ ਬਹੁਤਾ ਵੱਡਾ ਨਹੀਂ ਮੇਰਾ ਕਾਰੋਬਾਰ, ਔਰ ਇਕੱਲਾ ਕਿਸਾਨੀ ਕਾਰੋਬਾਰ ਆ, ਮੇਰਾ ਹੋਰ ਕਾਰੋਬਾਰ ਹੈ ਵੀ ਨਹੀਂ।